ਯਾਤਰੀਆਂ ਦਾ ਉਤਰਦੇ ਸਵਾਗਤ ਇੰਟਰਨੈਸ਼ਨਲ 'ਤੇ। ਯਾਤਰੀ ਅਰਾਈਵਲ 'ਤੇ ਉਤਰ ਕੇ ਬਾਹਰ ਦੇਖਦੇ ਕਿ ਜਾਣਾ ਕਿੱਧਰ ਨੂੰ ਆ। ਇਹ ਬਾਹਰ ਦਾ ਹਾਰ ਆ, ਅਰਾਈਵਲ ਤੋਂ ਜਸਟ ਬਿਲਕੁਲ ਬਾਹਰ ਵਾਰ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਅਰਾਈਵਲ। ਪੂਰੇ ਪੰਜਾਬ ਭਰ ਵਿੱਚ ਜਿੱਥੇ ਬਾੜ ਦਾ ਕਹਿਰ ਆਇਆ ਹੋਇਆ ਹੈ, ਉੱਥੇ ਹੀ ਅਰਥ ਵਿਵਸਥਾ ਨੂੰ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ, ਅਤੇ ਆਉਣ ਜਾਣ ਵਾਲੀਆਂ ਫਲਾਈਟਾਂ ਜੋ ਕਿ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਵਿਖੇ ਆਉਂਦੀਆਂ ਨੇ, ਉੱਥੇ ਵੀ ਕਾਫੀ ਸਾਰੇ ਪੈਸੈਂਜਰਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉੱਥੇ ਵੀ ਏਅਰਪੋਰਟ ਤੋਂ ਬਾਹਰ ਜਾਂਦੇ ਹੀ ਪਾਣੀ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਰੋਡ ਉੱਤੇ ਵੀ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ। ਪਰ ਜਿਸ ਉੱਪਰ ਪ੍ਰਸ਼ਾਸਨ ਦੀ ਨਿਗਾਹ ਸ਼ਾਇਦ ਨਹੀਂ ਗਈ ਜਾਂ ਪ੍ਰਸ਼ਾਸਨ ਚੁੱਪਚਾਪ ਬੈਠਾ ਹੋਇਆ, ਅਤੇ ਦੋਸਤੋ ਦੱਸ ਦਈਏ ਕਿ ਗੁਰੂ ਰਾਮਦਾਸ ਏਅਰਪੋਰਟ ਇੱਕ ਇੰਟਰਨੈਸ਼ਨਲ ਏਅਰਪੋਰਟ ਹੈ, ਅਤੇ ਡੋਮੈਸਟਿਕ ਫਲਾਈਟ ਹਰ 1 ਘੰਟੇ ਬਾਅਦ ਉਸ ਏਅਰਪੋਰਟ 'ਤੇ ਉਤਰਦੀਆਂ ਰਹਿੰਦੀਆਂ ਨੇ। ਗੁਰੂ ਰਾਮਦਾਸ ਏਅਰਪੋਰਟ ਉੱਤੇ ਵੀ ਕਾਫੀ ਇੰਟਰਨੈਸ਼ਨਲ ਫਲਾਈਟਾਂ ਵੀ ਆਉਂਦੀਆਂ ਨੇ, ਪਰ ਪ੍ਰਸ਼ਾਸਨ ਨੇ ਇਸ ਵੱਲ ਹਜੇ ਤੱਕ ਕੋਈ ਧਿਆਨ ਨਹੀਂ ਦਿੱਤਾ, ਜਿਸ ਕਰਕੇ ਸੈਲਾਨੀਆਂ ਨੂੰ ਬਹੁਤ ਜ਼ਿਆਦਾ ਹੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਅਰਾਈਵਲ ਆ ਜੀ, ਆਹ ਸਾਹਮਣੇ ਹਾਵਲਾ ਗੇਟ, ਔਰ ਸਿੱਧੇ ਬਾਹਰ ਆ ਰਹੇ ਨੇ ਲੋਕ। ਬਹੁਤ ਕਨਫਿਊਜ਼ ਨੇ ਕਰਨ ਕੀ, ਕਈ ਤਾਂ ਉੱਪਰ ਦੀ ਘੁੰਮ ਕੇ ਆ ਰਹੇ ਨੇ ਅਤੇ ਕਈ ਵਿਚਾਰੇ ਫਿਰ ਇੱਦਾਂ ਹੀ। ਬੁਰਾ ਹਾਲ ਆ, ਪਤਾ ਕਿ ਫਲਾਈਟਾਂ ਆ ਰਹੀਆਂ ਨੇ, ਬਹੁਤ ਫਲਾਈਟਾਂ ਨੇ, ਇੱਕ ਨਹੀਂ ਆ, ਸਵੇਰ ਦੀਆਂ ਹੀ ਆ ਰਹੀਆਂ ਨੇ, ਫਿਰ ਵੀ ਕਿਸੇ ਨੇ ਕੋਈ ਪ੍ਰਬੰਧ ਨਹੀਂ ਇੱਥੇ ਕੀਤਾ। ਤੁਸੀਂ ਦੇਖ ਸਕਦੇ ਹੋ ਇਹ ਇੰਟਰਨੈਸ਼ਨਲ ਏਅਰਪੋਰਟ ਦਾ ਹਾਲ ਆ। ਸੋਚ ਰਹੇ ਕੀ ਕਰਨੇ ਆ, ਕਈ ਉੱਪਰ ਦੀ ਘੁੰਮ ਕੇ ਜਾ ਰਹੇ ਨੇ, ਕੋਈ ਪਿੱਛੋਂ ਦੀ ਜਾ ਰਹੇ ਨੇ, ਪਰ ਕਈ ਵਿਚਾਰੇ ਉੱਦਾਂ ਹੀ ਜਲਦੀ ਜਲਦੀ ਜਾ ਰਹੇ ਆ। ਇਹ ਹਾਲ ਆ, ਜਦ ਕੋਈ ਹੱਲ ਨਹੀਂ ਦੇਖ ਰਿਹਾ ਤੇ ਮਜਬੂਰੀ ਬਸ ਲੋਕ ਵਿੱਚੋਂ ਦੀ ਜਾ ਰਹੇ ਆ। ਪ੍ਰੋਪਰ ਤੁਸੀਂ ਦੇਖ ਸਕਦੇ ਹੋ ਚਿੱਕੜੀ ਚੱਕਰ ਹੈ। ਦੱਸੋ ਇਹ ਜੀ ਇੰਟਰਨੈਸ਼ਨਲ ਏਅਰਪੋਰਟ ਹੈ, ਸੁੱਖ ਸਹੂਲਤਾਂ ਨੇ ਏਅਰਪੋਰਟ ਦੀਆਂ, ਅਰਾਈਵਲ ਦੇ ਬਿਲਕੁਲ ਬਾਹਰ ਆ, ਕੋਈ ਲੰਘਣ ਨੂੰ ਕੋਈ ਰਸਤਾ ਨਹੀਂ ਹੈਗਾ। ਜਿਹੜਾ ਬਾਹਰ ਨਿਕਲਦਾ ਸੋਚਦਾ ਕਿੱਥੇ ਜਾਈਏ। ਅਜੇ ਕਹਿੰਦੇ ਜੀ ਲੋਕ ਅੰਮ੍ਰਿਤਸਰ ਤੋਂ ਫਿਰ ਕਿਉਂ ਭੱਜਦੇ ਨੇ, ਸਵਾਰੀਆਂ ਕਿਉਂ ਆ, ਲੋਕ ਤਾਂ ਆਉਣ ਲਈ ਤਿਆਰ ਹੈ, ਪ੍ਰਬੰਧ ਹੀ ਇਹੋ ਜਿਹਾ। ਥੈਂਕ ਯੂ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਦੀ ਚੈਨਲ।